ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ, ਕੱਲ੍ਹ ਸੀਗਾ। ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦਾ ਸ਼ਹੀਦੀ ਪੁਰਬ ਸੀਗਾ। ਆਪ ਸਾਰਿਆਂ ਨੂੰ ਪਤਾ ਹੈ, ਕਸ਼ਮੀਰੀ ਪੰਡਿਤ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਏ, ਉਹਨਾਂ ਨੇ ਗੁਹਾਰ ਕੀਤੀ ਕਿ ਔਰੰਗਜ਼ੇਬ ਸਾਡਾ ਧਰਮ ਚੇਂਜ ਕਰ ਰਿਹਾ ਅਤੇ ਸਾਨੂੰ ਜੀਣ ਨਹੀਂ ਦਿੰਦਾ ਅਤੇ ਸਾਡੀ ਕੋਈ ਪੁਕਾਰ ਸੁਣੇ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰੂ ਗੋਬਿੰਦ ਰਾਏ ਜੀ ਸੀਗੇ, ਉਦੋਂ 9 ਸਾਲ ਦੇ ਛੋਟੇ ਜਿਹੇ ਬੱਚੇ ਸੀਗੇ, ਉਦੋਂ ਉਹਨਾਂ ਨੇ ਕਿਹਾ ਕਿ ਕੋਈ ਗੁਰੂ ਕਾ ਬਹੁਤ ਵੱਡਾ ਭਗਤ, ਰੱਬ ਦਾ ਕੋਈ ਬਹੁਤ ਵੱਡਾ ਭਗਤ ਕੁਰਬਾਨੀ ਦੇਗਾ ਅਤੇ ਇਹਨਾਂ ਦੀ ਲਾਜ ਬਚ ਸਕਦੀ ਹੈ। ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਵੀ ਐਸਾ ਕੌਣ ਹੈ? ਅਤੇ ਗੁਰੂ ਗੋਬਿੰਦ ਰਾਏ ਜੀ ਨੇ ਬਾਲ ਅਵਸਥਾ ਵਿੱਚ ਇਹ ਆਖਿਆ, ਪਿਤਾ ਜੀ ਆਪ ਜੀ ਤੋਂ ਵੱਡਾ ਕੋਈ ਨਹੀਂ ਹੈ। ਅਤੇ ਮਹਾਰਾਜ ਨੇ, 10ਵੇਂ ਪਾਤਸ਼ਾਹ ਨੇ ਆਪ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਪੰਡਿਤਾਂ ਦੇ ਹੱਕ ਵਿੱਚ ਉਹਨਾਂ ਦੇ ਜ਼ੁਲਮ ਹੁੰਦੇ ਉਹਨੂੰ ਬਚਾਉਣ ਵਾਸਤੇ ਸੱਚੇ ਪਾਤਸ਼ਾਹ ਨੂੰ ਦਿੱਲੀ ਭੇਜਿਆ ਅਤੇ ਇੱਥੇ ਚਾਂਦਨੀ ਚੌਕ ਵਿਖੇ ਪਹਿਲਾਂ ਉਹਨਾਂ ਦੇ ਨਾਲ ਜਿਹੜੇ ਸਿੰਘ ਆਏ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜਿਵੇਂ ਆਪ ਜੀ ਨੂੰ ਪਤਾ ਸਾਰੀ ਹਿਸਟਰੀ ਮੈਂ ਕੀ ਦੱਸਾਂ। ਫਿਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਅੱਜ ਦਾ ਦਿਨ ਲੱਖੀ ਸ਼ਾਹ ਵਣਜਾਰਾ, ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਹੈ। ਇੱਥੇ ਮਹਿਲ ਹੁੰਦਾ ਸੀ ਉਹਨਾਂ ਦਾ, ਸੱਚੇ ਪਾਤਸ਼ਾਹ ਦਾ ਧੜ ਜਦੋਂ ਸੀਸ ਉਤਰਿਆ ਅਤੇ ਸਾਰੇ ਭੱਜੇ, ਜਦੋਂ ਉਹਨਾਂ ਦਾ ਸੀਸ ਲਾਇਆ ਅਤੇ ਸਾਰੇ ਭੱਜੇ, ਬੁਝਦਿਲੀ ਸੀਗੀ ਪਬਲਿਕ ਵਿੱਚ, ਕੋਈ ਅੱਗੇ ਆ ਕੇ ਬੋਲਿਆ ਨਹੀਂ, ਅੰਧੇਰੀ ਚੱਲੀ ਖੂਬ। ਅਤੇ ਉਸ ਅੰਧੇਰੀ ਦੇ ਵਿੱਚੋਂ ਜਿਵੇਂ ਅਸੀਂ ਸੁਣਦੇ ਹਾਂ ਸਾਖੀਆਂ, ਭਾਈ ਜੀਵਨ ਸਿੰਘ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਚਲੇ ਗਏ ਅਤੇ ਧੜ ਜਿਹੜਾ ਹੈ ਲੱਖੀ ਸ਼ਾਹ ਵਣਜਾਰਾ ਜੀ ਨੇ ਇਸ ਸਥਾਨ 'ਤੇ ਲੈ ਕੇ ਆਏ, ਕਿਉਂਕਿ ਸਰਕਾਰਾਂ ਨੂੰ ਉਹਨਾਂ ਤੋਂ ਬਚਾਉਣਾ ਸੀ। ਅਤੇ ਇਸ ਲਈ ਸਵੇਰੇ ਸਵੇਰੇ ਉਹਨਾਂ ਨੇ, ਅਗਲੇ ਦਿਨ ਉਹਨਾਂ ਨੇ ਧੜ ਨੂੰ ਘਰ ਵਿੱਚ ਰੱਖ ਕੇ ਅਤੇ ਅੱਗ ਲਾ ਤੀ ਅਤੇ ਇਹ ਕਹਿਤਾ ਵੀ ਮੇਰੇ ਘਰ ਨੂੰ ਅੱਗ ਲੱਗ ਗਈ। ਐਸੀ ਕੁਰਬਾਨੀ ਕੋਈ ਬਹੁਤ ਜ਼ਿਆਦਾ ਵਾਹਿਗੁਰੂ ਜੀ ਨਾਲ ਪਿਆਰ ਕਰਨ ਵਾਲਾ ਦੇ ਸਕਦਾ। ਜਿਹੜਾ ਵੀ ਧਰਮ ਅੱਜ ਮੁਸਲਮਾਨ ਆਪਣੇ ਧਰਮ 'ਤੇ ਕਾਬ ਨਹੀਂ ਹੈ, ਜਿਹੜਾ ਹਿੰਦੂ ਹੈ ਉਹ ਆਪਣੇ ਧਰਮ 'ਤੇ ਨਹੀਂ ਹੈ, ਕਲਯੁੱਗ ਦਾ ਘੋਰ ਪੈਰਾ ਹੈ। ਕੋਈ ਵੀ ਆਪਣੇ ਧਰਮ 'ਤੇ ਜਦੋਂ ਆ ਜਾਏਗਾ ਤਾਂ ਸੰਸਾਰ ਵਿੱਚ ਸ਼ਾਂਤੀ ਬਹਾਲ ਹੋ ਜਾਏਗੀ। ਕੋਈ ਧਰਮ ਕਹਿੰਦਾ ਕਿਸੇ 'ਤੇ ਜ਼ੁਲਮ ਕਰਨਾ, ਕੋਈ ਕਹਿੰਦਾ ਕਿਸੇ ਦਾ ਹੱਕ ਮਾਰਨਾ। ਅੱਜ ਅਸੀਂ ਕੋਈ ਵੀ ਆਪਣੇ ਧਰਮ 'ਤੇ ਨਹੀਂ ਹੈ, ਸਿੱਖ ਸਿੱਖ ਧਰਮ 'ਤੇ ਨਹੀਂ ਹੈ, ਹਿੰਦੂ ਹਿੰਦੂ ਧਰਮ 'ਤੇ ਨਹੀਂ ਹੈ, ਮੁਸਲਮਾਨ ਆਪਣੇ ਧਰਮ 'ਤੇ ਨਹੀਂ ਹੈ। ਤਾਂ ਹੀ ਤਾਂ ਬਵਾਲ ਨੇ ਸਾਰੇ ਦੁਨੀਆ ਦੇ। ਜੇ ਬੰਦਾ ਆਪਣੇ ਧਰਮ ਨੂੰ ਫੋਲੋ ਹੀ ਕਰ ਲਵੇ ਤਾਂ ਉਹ ਕਦੀ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ। ਹਰੇਕ ਧਰਮ ਨੂੰ ਇਹ ਚਾਹੀਦਾ ਹੈ, ਆਪਣੇ ਆਪਣੇ ਪੈਗੰਬਰ ਨੂੰ ਫੋਲੋ ਕਰੋ ਅਤੇ ਇਹ ਸ਼ਾਂਤੀ ਬਹਾਲ ਹੋ ਜਾਏਗੀ।